ਖਬਰ ਵਾਕਈ ਹੀ ਭੈਵੀਤ ਕਰਨ ਵਾਲੀ ਹੈ ਇਸ ਹਫਤੇ ਦੇ ਵਿੱਚ ਤਿੰਨ ਇੰਡੀਅਨ ਸਟੂਡੈਂਟਾਂ ਦੇ ਕਤਲ ਹੋ ਗਏ ਆ ਬੜੇ ਭੈਪੀਤ ਐਵੇਂ ਆ ਕਿ ਉਹਨਾਂ ਦੇ ਨਾਲ ਕੋਈ ਸੱਤ ਲੱਗੀ ਐ ਨਾ ਕੋਈ ਲੱਗਿਆ ਕਿ ਸਿੱਧੇ ਅਲੱਗ-ਅਲੱਗ ਥਾਵਾਂ ਤੋਂ ਮਿਲ ਰਹੇ ਆ ਕੀ ਲੱਗਦਾ ਹਰਸੁਖ ਸਿੰਘ ਜੀ ਇਸ ਦੇ ਪਿੱਛੇ ਕੋਈ ਐਵੇਂ ਤਾਂ ਨਹੀਂ ਕੋਈ ਸਪੈਸ਼ਲ ਜਿਹੜਾ ਕਾਸਟ ਨੂੰ ਜਾਂ ਕਿਸੇ ਨੂੰ ਨਫ਼ਰਤ ਕਰਦਾ ਹੋਵੇ ਇਹੋ ਜਿਹਾ ਕੋਈ ਕੇਸ ਤਾਂ ਨਹੀਂ ਹੈਗਾ ਕਿਉਂਕਿ ਲਗਾਤਾਰ ਕਤਲ ਹੋਣੇ ਇੰਡੀਅਨ ਸਟੂਡੈਂਟਾਂ ਦੇ ਵਾਕਈ ਹੀ ਅਲੱਗ ਜੀ ਖਬਰ ਹੈ ਇਹ ਬਿਲਕੁਲ ਬਲੱਡ ਸਾਹਿਬ ਤਰਾ ਜਿਹੜੇ ਰੀਸੈਂਟਲੀ ਦੋ ਹੋਏ ਆ ਤਿੰਨੇ ਦੇ ਵਿੱਚ ਇਹਨਾਂ ਦੇ ਵਿੱਚ ਕੋਈ 4 ਫੀਟ ਦਾ ਨਿਸ਼ਾਨ ਵੀ ਨਹੀਂ ਕੋਈ ਵੀ ਇਦਾਂ ਦਾ ਫਾਉਲ ਪਲੇ ਦਾ ਸਾਈਨ ਮਿਲ ਹੀ ਨਹੀਂ ਪਿਆ ਤੇ ਪੁੱਛ ਆਪ ਖੁਦ ਬੜੀ ਹੈਰਾਨ ਤੇ ਇੱਕ ਹਫ਼ਤੇ ਦੇ ਵਿੱਚ ਤੀਜੀ ਇੰਡੀਅਨ ਸਟੂਡੈਂਟ ਦੀ ਮੌਤ ਹੋ ਗਈ ਆ ਤੇ ਤਿੰਨੇ ਇਹ ਇੰਡੀਆ ਦੇ ਨਾਲ ਸਬੰਧਤ ਸਟੂਡੈਂਟ ਸੀਗੇ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਰਿਕਵਰ ਹੋਈਆਂ ਇਹਨਾਂ 몰 ਦਾ ਇਹ ਸਟੂਡੈਂਟ ਜਿਹੜਾ ਜਿਹਦੀ ਅੱਜ ਕੱਲ੍ਹ ਗੱਲਬਾਤ ਕਰ ਰਹੇ ਆ ਇਹਦਾ ਨਾਮ ਸ਼੍ਰਿਆਸ਼ ਅੱਡੀ ਦੱਸਿਆ ਜਾ ਰਿਹਾ ਹੈ ਕੁਈ ਹਕ ਦੇ ਵਿੱਚ ਇੰਡੀਅਨ ਐਵੈਂਸਸ ਨੇ ਇਸ ਨਿਊਜ਼ ਨੂੰ ਇਸ ਬੱਚੇ ਦੇ ਜੱਤ ਫਾਰਮ ਕੀਤਾ ਇਹ ਆਹਾਇਓ ਦੇ ਵਿੱਚ ਸਟੂਡੈਂਟ ਸੀਗਾ ਤੇ ਆਪਾਂ ਕੱਲ ਵੀ ਇੱਕ ਖਬਰ ਕੀਤੀ ਸੀ ਨੀਲ ਅਚਾਰਿਆ ਦੇ ਬਾਰੇ ਉਹਦੀ ਡੈਥ ਦੇ ਵਾਂਗ ਸ਼੍ਰੀਸ਼ ਰੈਡੀ ਦੀ ਡੈਥ ਵੀ ਸਿਮਿਲਰ ਆ ਪੁਲਿਸ ਜਦੋਂ ਇਨਵੈਸਟੀਗੇਟ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਕੌਜ਼ ਆਫ ਡੈਥ ਅਨਕਲੀਅਰ ਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹਦੀ ਡੈਥ ਦੀ ਵਜ੍ਹਾ ਕੀ ਹੋ ਸਕਦੀ ਹੈ ਦੂਜੀ ਗੱਲ ਪੁਲਿਸ ਨੇ ਸਟੇਟ ਕੀਤੀ ਹੈ ਕਿ ਇਹਦੇ ਵਿੱਚ ਫਾਉਲ ਪਲੇ ਦਾ ਕੋਈ ਵੀ ਸ਼ੱਕ ਸ਼ੁਭਾ ਨਹੀਂ ਜਾਪਦਾ ਇਦਾਂ ਕੁਝ ਨਹੀਂ ਲੱਗਦਾ ਸਰੀਰ ਦੇ ਉੱਤੋਂ ਕੋਈ ਸੱਟ ਦਾ ਨਿਸ਼ਾਨ ਵਗੈਰਾ ਨਹੀਂ ਮਿਲਿਆ ਤੇ ਸ੍ਰੀ ਆਸ਼ਿਸ਼ ਜਿਹੜਾ ਹੈਗਾ ਇਹ ਲਿੰਡਨਰ ਸਕੂਲ ਆਫ ਬਿਜ਼ਨਸ ਸਿਨਸਿਨਾਟੀ ਦਾ ਇੱਕ ਸਟੂਡੈਂਟ ਸੀਗਾ ਐਮਬੈਸੀ ਨੇ ਐਕਸ ਤੇ ਪੋਸਟ ਕਰਕੇ ਕਿਹਾ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਵਾਲਿਆਂ ਦੇ ਨਾਲ ਖੜੇ ਹਾਂ ਤੇ ਦੁੱਖ ਵਡਾਉਣ ਦੇ ਲਈ ਜਿੰਨੀ ਵੀ ਅਸਿਸਟੈਂਸ ਦੀ ਲੋੜ ਹੋਈ ਅਸੀਂ ਉਹਦੇ ਲਈ ਤਿਆਰ ਬਰ ਤਿਆਰ ਹਾਂ ਇਸ ਤੋਂ ਪਹਿਲਾਂ ਆਪਾਂ ਜਿਹੜੀ ਸਭ ਤੋਂ ਹੈਰਾਨੀਜਨਕ ਜਿਹੜੀ ਇਹਦੇ ਨਾਲ ਰਿਲੇਟਡ ਇੰਡੀਅਨ ਸਟੂਡੈਂਟਸ ਦੇ ਨਾਲ ਰਿਲੇਟਡ ਖਬਰ ਆਈ ਸੀ ਉਹਦਾ ਥੋੜੀ ਜੀ ਸਾਂਝ ਪਾ ਲੈਨੇ ਆ ਉਹ ਖਬਰ ਸੀ ਕਿ ਜੌਰਜੀਆ ਤੋਂ ਜਿੱਥੇ ਵਿਵੇਕ ਸੈਣੀ ਨਾਮ ਦਾ 25 ਸਾਲਾਂ ਦਾ ਮੁੰਡਾ ਸੀਗਾ ਇਹਨਾਂ ਤਿੰਨਾਂ ਦੇ ਵਿੱਚੋਂ ਇਕਲੌਤਾ ਉਹ ਆ ਜਿਹੜਾ ਪ੍ਰੂਵਡ ਤੁਸੀਂ ਕਹਿ ਲੋ ਕਿ ਮਰਡਰ ਆ ਉਹਦੇ ਬਾਰੇ ਪਤਾ ਲੱਗਾ ਸੀ ਕਿ ਉਹਨੇ ਹੋਮਲੈਸ ਡਰੱਗ ਐਡਿਕਟ ਨੂੰ ਉਹਦੀ ਹੈਲਪ ਕੀਤੀ ਸੀ ਤੇ ਉਹਦੀ ਹੈਲਪ ਦੇ ਬਦਲੇ ਡਰੱਗ ਐਡਿਕਟ ਨੇ ਉਹਨੂੰ ਹੈਮਰ ਦੇ ਨਾਲ ਮਾਰਿਆ ਸੀਗਾ ਸੈਣੀ ਨੇ ਹੋਮਲੈਸ ਨੂੰ ਵਾਟਰ ਦਿੱਤਾ ਸੀ ਫੂਡ ਦਿੱਤਾ ਸੀ ਜੈਕਟ ਵਗੈਰਾ ਦਿੱਤੀ ਸੀ ਦੋ ਦਿਨ ਲਈ ਤੁਸੀਂ ਕਹ ਲੋ ਕਿ ਉਹਦੀ ਸੇਵਾ ਕਰਦਾ ਰਿਹਾ ਦੋ ਹੰਦਾਂ ਬਾਅਦ ਉਹਨੇ ਕਿਹਾ ਕਿ ਭਾਈ ਹੁਣ ਤੂੰ ਕਿਤੇ ਹੋਰ ਚਲਾ ਜਾ ਨਹੀਂ ਤਾਂ ਮੈਨੂੰ ਪੁਲਿਸ ਨੂੰ ਤੇਰੀ ਕੰਪਲੇਂਟ ਕਰਨੀ ਪਊਗੀ ਇਸੇ ਗੱਲ ਤੇ ਉਹ ਜਿਹੜਾ ਡਰੱਗ ਅਡਿਕਟ ਸੀ ਉਹ ਔਖਾ ਹੋ ਗਿਆ ਉਹਨੇ ਘਟੂ ਘਟ 50 ਵਾਰੀ ਉਹ ਬੰਦੇ ਨੂੰ ਆਪਦੀ ਹੈਮਰ ਦੇ ਨਾਲ ਮਾਰਿਆ ਤੇ ਉਹ ਬੰਦੇ ਦੀ ਡੈਥ ਹੋ ਗਈ ਸੀਗੀ ਸੋ ਵਿਵੇਕ ਸੈਣੀ ਤੋਂ ਬਾਅਦ ਨੀਲ ਆਚਾਰਿਆ ਤੇ ਨੀਲ ਆਚਾਰਿਆ ਤੋਂ ਬਾਅਦ ਹੁਣ ਸ਼੍ਰੀਅਸ ਰੈਡੀ ਹੈ ਜਿਹਦੀ ਡੈਥ ਹੋਈ ਹੈ ਇਨਾਂ ਦੇ ਵਿੱਚੋਂ ਦੋਵਾਂ ਦੀ ਮੌਤ ਹਜੇ ਅਨਕਲੀਅਰ ਆ ਕਿ ਕਿਉਂ ਹੋਈ ਹੈ ਪੋਸਟਮਾਰਟਮ ਤੋਂ ਵੀ ਨਹੀਂ ਸੀ ਪਤਾ ਲੱਗਿਆ ਨੀਲ ਅਚਾਰੀਆ ਦਾ ਕਿ ਉਹਦੀ ਕੋਈ ਖਾਸ ਰਿਪੋਰਟ ਹੈ ਜਿਹੜੀ 6 ਹਫ਼ਤਿਆਂ ਬਾਅਦ ਦੱਸੂਗੀ ਕਿ ਉਹਦੀ ਡੈਥ ਦਾ ਕਾਰਨ ਕੀ ਹੈ ਜੀ ਬਰਾੜ ਸਾਹਿਬ ਦੇਖੋ ਜੀ ਪੇਰੈਂਟਸ ਤਾਂ ਇੰਡੀਆ ਦੇ ਵਿੱਚ ਬੈਠੇ ਹੁੰਦੇ ਆ ਤੇ ਬੜਾ ਉਹਨਾਂ ਨੂੰ ਡਰ ਵੀ ਲੱਗਦਾ ਹੁਣ ਇਹਨਾਂ ਚੀਜ਼ਾਂ ਦਾ ਵੀ ਬਹੁਤ ਜ਼ਿਆਦਾ ਕੋਹਾਂ ਦੂਰ ਹੈਗੀ ਏ ਤੇ ਆਉਣ ਜਾਣ ਦੇ ਵੀ 2-3 ਦਿਨ ਲੱਗ ਜਾਂਦੇ ਹੈਗੇ ਆ ਉਹ ਆਵ ਨਹੀਂ ਸਕਦੇ ਦੇਖ ਨਹੀਂ ਸਕਦੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਚਲੋ ਹਿੱਸਾ ਵੀ ਨਹੀਂ ਪਾ ਸਕਦੇ ਇੰਨੀ ਦੂਰ ਤੱਕ ਭੇਜ ਦਿੰਦੇ ਹੈਗੇ ਆ ਇਹ ਵਾਕਈ ਭਾਈ ਉਹਨਾਂ ਲਈ ਤਾਂ ਬਹੁਤ ਡਰ ਵਾਲਾ ਮਾਹੌਲ ਬਣ ਰਿਹਾ ਹੈ। ਹਾਂਜੀ ਬਿਲਕੁਲ ਬ੍ਰਾਡਸਪ ਚਾਹੇ ਇੰਡੀਅਨ ਬੈਸਿਕ ਕੋਆਪਰੇਟਿਵ ਕਰ ਰਹੀ ਹੈ ਪਰ ਜਿਹੜੀ ਇੱਕ ਤੁਸੀਂ ਕਹੇ ਲੋ ਤਸੱਲੀ ਤਾਂ ਇਸ ਮਾਮਲੇ ਦੇ ਵਿੱਚ ਕੋਈ ਵੀ ਨਹੀਂ ਕਿਉਂਕਿ ਜਿਹਦਾ ਬੱਚਾ ਚਲਾ ਗਿਆ ਉਹਨੂੰ ਕੁਝ ਮਰਜ਼ੀ ਹੋ ਜਾਵੇ ਉਹਦੇ ਲਈ ਤਾਂ ਰੀਜ਼ਨ ਵੀ ਪਤਾ ਲੱਗ ਜੇ ਬੰਦਾ ਫੜਿਆ ਵੀ ਜਾਵੇ ਉਹਨੂੰ ਕੋਈ ਤਸੱਲੀ ਨਹੀਂ ਕਿਉਂਕਿ ਉਹਦਾ ਜਿਹਦੇ ਨਾਲ ਪ੍ਰੇਮ ਪਿਆਰ ਸੀ ਜਿਹਨੂੰ ਉਹਨਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਜਿੰਨੇ ਵਿੜਾਪੇ ਦੇ ਵਿੱਚ ਉਹਨਾਂ ਦਾ ਆਸਰਾ ਬੰਨਾ ਸੀ ਉਹ ਜਦੋਂ ਦੁਨੀਆ ਜਹਾਨ ਤੋਂ ਹੀ ਚਲਾ ਗਿਆ ਫਿਰ ਜੋ ਮਰਜ਼ੀ ਹੋਈ ਜਾਵੇ ਉਹਨਾਂ ਲਈ ਤੁਸੀਂ ਕਹੇ ਲੋ ਕਿ ਜੱਗ ਸੁਣਾ ਹੋ ਤੇ ਇਹ ਜਦੋਂ ਖਬਰ ਹੋਰ ਵੀ ਪੇਰੈਂਟਸ ਹੁੰਦੇ ਆ ਸਾਰਿਆਂ ਨੂੰ ਇੱਕ ਡਰ ਲੱਗਦਾ ਕਿ ਇਹੋ ਜਿਹਾ ਯੂਐਸ ਦੇ ਵਿੱਚ ਵਾਪਰ ਕੀ ਰਿਹਾ ਹੈ ਕਿ ਜਿਹਦੇ ਨਾਲ ਉਹਨਾਂ ਦੇ ਬੱਚੇ ਅਚਨ ਚੇਤਸ ਦੁਨੀਆ ਤੋਂ ਜਾ ਰਹੇ ਆ ਤੇ ਪੁਲਿਸ ਨੂੰ ਕੋਈ ਰੀਜ਼ਨ ਨਹੀਂ ਪਤਾ ਲੱਗ ਰਿਹਾ ਕੋਈ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਰਾ ਕੁਝ ਕਿਉਂ ਹੋ ਰਿਹਾ ਤੁਹਾਨੂੰ ਐਵੇਂ ਨਹੀਂ ਲੱਗਦਾ ਜੀ ਜਦੋਂ ਗਰਮ ਖੂਨ ਹੁੰਦਾ ਜਵਾਕਾਂ ਦਾ ਉੱਥੇ ਜਾ ਕੇ ਬਹੁਤੀਆਂ ਚੀਜ਼ਾਂ ਬੰਦੇ ਨੂੰ ਆਏ ਹੁੰਦਾ ਵੀ ਖਣੀ ਜਦੋਂ ਬੰਦਾ ਮਹੀਨਾ ਕਾ ਕਿਤੇ ਰਹਿ ਲੈਂਦਾ ਤਾਂ ਆਪਣਾ ਜਿਹਾ ਲੱਗਣ ਲੱਗ ਜਾਂਦਾ ਉਹ ਫਿਰ ਵੀ ਉਸ ਏਰੀਆ ਨੂੰ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਕਰ ਪਾਇਆ ਹੁੰਦਾ ਗਰਮ ਖੂਨ ਦੇ ਵਿੱਚ ਇੱਕ ਦੂਜੇ ਨੂੰ ਆਵਾ ਐਵੇਂ ਬੋਲ ਦਿੰਦੇ ਆ ਇਹ ਚੀਜ਼ਾਂ ਸੋਚਦੇ ਨਹੀਂ ਹੈਗੇ ਐਵੇਂ ਵੀ ਕਾਰਨ ਹੋ ਸਕਦੇ ਆ ਵੀ ਆਪਸ ਵਿੱਚ ਕੋਈ ਕਿਸੇ ਨਾਲ ਖੇਬਾਜੀ ਵੀ ਹੁੰਦੀ ਹੋਵੇ ਪਰ ਇਹ ਤਾਂ ਲਗਾਤਾਰ ਕੇਸ ਹੋ ਰਿਹਾ ਵਾਟਸਪ ਜੀ ਕੋਈ ਖੇਬਾਜੀ ਹੋਈ ਹੋਵੇ ਲੜਾਈ ਹੋਈ ਹੋਵੇ ਤੇ ਕੁੱਟਮਾਰ ਦਾ ਨਿਸ਼ਾਨ ਹੋ ਸਕਦਾ ਜਾਂ ਪੋਸਟਮਾਰਟਮ ਦੇ ਵਿੱਚ ਜੇ ਕਿਸੇ ਨੂੰ ਕੁਝ ਖਵਾ ਕੇ ਵੀ ਕਿਸੇ ਨੂੰ ਮਾਰਿਆ ਹੋਵੇ ਤਾਂ ਉਹ ਵੀ ਕਲੀਅਰ ਹੋ ਜਾਂਦਾ ਪਰ ਇਦਾਂ ਦਾ ਇਹਨਾਂ ਦੋ ਕੇਸਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਹੈ ਸੋ ਫਿਲਹਾਲ ਤਾਂ ਤੁਸੀਂ ਕਹਿ ਲੋ ਕਿ ਇੱਕ ਮਿਸਟਰੀ ਡੈਥ ਆ ਜਿਹਦੇ ਬਾਰੇ ਪੁਲਸ ਆਪ ਹੈਰਾਨ ਹੋ ਕੇ ਸ਼ਾਨਬੀਨ ਕਰ ਰਹੀ ਹੈ